ਪਾਪਾ ਜੀ ਹਾਂਜੀ ਰਸੌਣ ਕੀ ਚਾਬੀ ਕਿਧਰ ਹੈ? ਅੰਦਰ ਪੜੀ ਹੈ। ਕਿਧਰ ਜਾਣਾ? ਉਹ ਦੋਸਤ ਕੇ ਘਰ ਦਾਵਤ ਹੈ, ਉਧਰ ਜਾਣਾ ਹੈ। ਦਾਵਤ? ਹਾਂਜੀ। ਨਾਲ ਪੜਦਾ ਪੜਦਾ? ਹਾਂਜੀ ਪੜਦਾ ਹੈ ਸਰ। ਅੱਛਾ, ਤੇ ਉਹ ਦੋਸਤ ਦੇ ਘਰ ਦਾਵਤ ਦੇ ਜਾਣ ਚ ਜਾਣ ਦੇ ਅਦਾਬ ਦਾ ਪਤਾ ਕਿੱਦਾਂ ਜਾਈਦਾ ਕਿਸੇ ਦੇ ਘਰ? ਨਹੀਂ। ਆ ਜਾ ਅੱਗੇ। ਇਹ ਪੌਦੇ ਲਾਏ ਰਹੇ ਨਾ, ਇਹਨਾਂ ਦਾ ਇੱਕ ਤਰੀਕਾਕਾਰ ਆ, ਅਦਾਬ ਆ। ਇਹਦਾ ਪਤਾ ਹੈ ਕਿ ਕਿਹੜੇ ਪੌਦੇ ਧੁੱਪ ਦੇ ਨੇ, ਧੁੱਪੇ ਲਾਏ ਨੇ, ਕਿਹੜੇ ਪੌਦੇ ਜਿਨ੍ਹਾਂ ਨੂੰ ਧੁੱਪ ਨਹੀਂ ਚਾਹੀਦੀ ਉਹ ਛਾਵੇਂ ਲਾਏ ਨੇ, ਕਿਹੜੇ ਪੌਦੇ ਆ ਉਹਨਾਂ ਨੂੰ ਪਾਣੀ ਮੁਨਾਸਬ ਚਾਹੀਦਾ ਉਹ ਉਸ ਜਗ੍ਹਾ ਲਾਏ ਨੇ। ਦੁਨੀਆਂ ਦਾ ਜਿਹੜਾ ਵੀ ਕੰਮ ਹੁੰਦਾ ਆ ਉਹਦੇ ਕੁਛ ਆਦਾਬ ਹੁੰਦੇ ਆ, ਸਮਝ ਆਈ ਨਾ? ਹੈਂ? ਹਾਂਜੀ। ਅਤੇ ਉਹ ਮਤਲਬ ਜਿਲ੍ਹੇ ਕਿਸੇ ਦੇ ਤੁਸੀਂ ਘਰ ਜਾਣਾ ਹੁੰਦਾ ਨਾ, ਉਹਦਾ ਸਭ ਤੋਂ ਪਹਿਲਾ ਆਦਾਬ ਇਹ ਹੁੰਦਾ ਆ ਕਿ ਅਗਲੇ ਦੇ ਘਰ ਜਾਣ ਲੱਗਿਆਂ ਬਹੁਤ ਸਾਫ਼ ਸੁਥਰੇ ਹੋ ਕੇ ਜਾਈਦਾ। ਸਾਫ਼ ਸੁਥਰੇ ਤੁਹਾਡੇ ਕੱਪੜੇ ਪਾਏ ਹੋਣ, ਅੱਛਾ ਪਰਫਿਊਮ ਤੁਹਾਡੇ ਲੱਗਾਇਆ ਹੋਵੇ, ਫਿਰ ਅਗਲੇ ਦੇ ਘਰ ਜਾਣਾ। ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਦੇ ਘਰ ਜਾਣਾ ਆ, ਤੁਸੀਂ ਅਗਲੇ ਵਾਸਤੇ ਖਾਣ ਪੀਣ ਦੀ ਕਿਸੇ ਚੀਜ਼ ਦੀ ਸ਼ਕਲ 'ਚ, ਕਿਸੇ ਪਰਫਿਊਮ ਦੀ ਸ਼ਕਲ 'ਚ, ਕਿਸੇ ਸੂਟ ਦੀ ਸ਼ਕਲ 'ਚ ਤੋਹਫ਼ਾ ਲੈ ਕੇ ਜ਼ਰੂਰ ਜਾਣਾ। ਅਤੇ ਤੋਹਫ਼ਾ ਦੇਣਾ ਇਹ ਸੁੰਨਤ ਵੀ ਹੈ, ਠੀਕ ਹੈ ਜੀ? ਅਤੇ ਉਹਦੇ ਨਾਲ ਅਗਲੇ ਬੰਦੇ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਉਹਦੇ ਨਾਲ ਅਗਲੇ ਬੰਦੇ ਨੂੰ ਅੱਛਾ ਫੀਲ ਹੁੰਦਾ। ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਦੇ ਘਰ ਜਾਣਾ ਹੈ, ਆਪਣੇ ਨਾਲ ਦੋਸਤ ਨਹੀਂ ਇਕੱਠੇ ਕਰਕੇ ਲੈ ਜਾਣੇ। ਗੱਲ ਸਮਝ ਆਈ ਹੈ? ਮਤਲਬ ਕਿ ਤੂੰ ਆ, ਤੈਨੂੰ ਇੱਕ ਦੋਸਤ ਤੇਰੇ ਨੇ ਦਾਵਤ ਦਿੱਤੀ ਹੈ, ਤੂੰ ਇਹ ਨਹੀਂ ਕਰਨਾ ਘਰੋਂ ਨਿਕਲਣ ਲੱਗਿਆ ਉਹਨੂੰ ਵੀ ਫੋਨ ਕਰ, ਉਹਨੂੰ ਵੀ ਫੋਨ ਕਰ, ਉਹਨੂੰ ਵੀ ਫੋਨ ਕਰ। ਜਿਲ੍ਹੇ ਤੂੰ ਆਪਣੇ ਦੋਸਤਾਂ ਨਾਲ ਉੱਥੇ ਪਹੁੰਚੇਗਾ ਜਿਨ੍ਹਾਂ ਨੂੰ ਉਹ ਲੋਕ ਜਾਣਦੇ ਹੀ ਨਹੀਂ ਹੈਗੇ, ਅਤੇ ਫਿਰ ਉੱਥੋਂ ਉਸ ਬੰਦੇ ਨੂੰ ਅੰਦਾਜ਼ਾ ਹੋਏਗਾ ਕਿ ਇਹ ਬੰਦਾ ਗੈਰ ਮੁਹੱਜ਼ਬ ਆਦਮੀ ਹੈ, ਇਹਨੂੰ ਇੰਨਾ ਸ਼ਊਰ ਨਹੀਂ ਹੈਗਾ, ਠੀਕ ਹੈ ਨਾ? ਉਸ ਤੋਂ ਬਾਅਦ ਜਿਲ੍ਹੇ ਕਿਸੇ ਬੰਦੇ ਦੇ, ਇਹ ਜਿਹੜਾ ਕਿਸੇ ਦੇ ਘਰ ਚੀਜ਼ ਲੈ ਕੇ ਜਾਣਾ ਨਾ, ਇਹਦੇ 'ਚ ਅਮੀਰੀ ਗਰੀਬੀ ਦਾ ਕੋਈ ਤਾਲੁਕ ਨਹੀਂ ਹੁੰਦਾ, ਠੀਕ ਹੈ ਨਾ? ਇਹ ਚੱਜ ਜਿਹੜਾ ਆ, ਚੱਜ ਅਮੀਰੀ ਜਾਂ ਗਰੀਬੀ ਦਾ ਮੁਹਤਾਜ ਨਹੀਂ ਹੈਗਾ, ਸਮਝ ਆਈ? ਉਹ ਪਿੰਡਾਂ 'ਚ ਜਾਓ ਨਾ ਤੁਸੀਂ, ਪਿੰਡਾਂ 'ਚ ਜਿਲ੍ਹੇ ਬੱਸਾਂ 'ਚ ਸਫ਼ਰ ਕਰਦੇ ਆ, ਤੁਸੀਂ ਦੇਖਿਆ ਕਰੋ ਸੜਕ ਦੇ ਆਸੇ ਪਾਸੇ ਨਾ ਖਾਨਾ ਬਦੋਸ਼ਾਂ ਦੇ ਉਹ ਝੁੱਗੀਆਂ ਲੱਗੀਆਂ ਹੁੰਦੀਆਂ, ਕਦੀ ਉਹਨਾਂ ਦੇ ਭਾਂਡੇ ਦੇਖਣਾ ਕਿੰਨੇ ਸਾਫ਼ ਸੁਥਰੇ ਹੁੰਦੇ, ਸਮਝ ਆਈ ਨਾ? ਅਤੇ ਦੂਸਰਾ ਇਹ ਹੈ ਕਿ ਕਦੀ ਪਿੰਡਾਂ 'ਚ ਜਾ ਕੇ ਕੱਚੇ ਘਰ ਦੇਖੋ ਕਿੱਡੇ ਸੋਹਣੇ ਉਹਨਾਂ ਨੇ ਲਿਪੇ ਹੁੰਦੇ ਆ। ਇਸ ਗੱਲ ਨਾਲ ਕੋਈ ਤਾਲੁਕ ਨਹੀਂ ਹੈਗਾ ਕਿ ਤੁਸੀਂ ਕਿਸੇ ਦੇ ਘਰ ਜਾਣਾ ਹੈ ਅਤੇ ਤੁਹਾਡੇ ਕੋਲ ਬਹੁਤ ਸਾਰੇ ਪੈਸੇ ਹੋਣੇ ਚਾਹੀਦੇ। ਤੁਸੀਂ ਉੱਥੋਂ ਇੱਕ ਦਰਜਨ ਕੇਲੇ ਵੀ ਲੈ ਜਾਓਗੇ ਨਾ, ਇਹ ਵੀ ਇੱਕ ਤੋਹਫ਼ਾ ਆ, ਇਹ ਵੀ ਅਗਲੇ ਬੰਦੇ ਨੂੰ ਅੱਛਾ ਲੱਗੇਗਾ, ਸਮਝ ਆਈ ਨਾ? ਅੱਛਾ, ਜਿਲ੍ਹੇ ਤੁਸੀਂ ਉੱਥੇ ਜਾਣਾ ਆ, ਅਗਲੇ ਬੰਦੇ ਦਾ ਜਿਲ੍ਹੇ ਬੂਹਾ ਖੜਕਾਉਣਾ ਹੈ ਜਾਂ ਬੈੱਲ ਦੇਣੀ ਹੈ ਅਤੇ ਗੇਟ ਤੋਂ ਹਟ ਕੇ ਸਾਈਡ 'ਤੇ ਖੜ੍ਹੇ ਹੋਣਾ। ਜਿਲ੍ਹੇ ਉਹ ਬੰਦਾ ਘਰ ਵਾਲਾ, ਉਹਨਾਂ ਦਾ ਬਜ਼ੁਰਗ ਕੋਈ ਬਾਹਰ ਨਿਕਲੇਗਾ, ਉਹਨੂੰ ਇਸ ਗੱਲ ਦਾ ਅੰਦਾਜ਼ਾ ਹੋਏਗਾ ਕਿ ਇਹ ਜਿਹੜੇ ਬੱਚੇ ਨੇ ਬੈੱਲ ਦੇ ਕੇ ਗੇਟ ਤੋਂ ਸਾਈਡ 'ਤੇ ਹੋ ਕੇ ਖੜ੍ਹਾ ਹੋ ਗਿਆ, ਇਹ ਬੱਚਾ ਕਿਸੇ ਅੱਛੇ ਖਾਨਦਾਨ ਦਾ ਬੱਚਾ, ਇਹਨੂੰ ਕਿਸੇ ਨੇ ਦੱਸਿਆ ਹੈ ਕੁਛ। ਜਿਲ੍ਹੇ ਕਿਸੇ ਦੇ ਘਰ ਵੜ ਜਾਣਾ, ਅੰਦਰ ਜਿਲ੍ਹੇ ਵੜ ਜਾਣਾ, ਉਸ ਤੋਂ ਬਾਅਦ ਆਸੇ ਪਾਸੇ ਜ਼ਿਆਦਾ ਨਹੀਂ ਦੇਖਣਾ, ਠੀਕ ਹੈ? ਇਹਦੇ ਨਾਲ ਜਿਹੜਾ ਮੇਜ਼ਬਾਨ ਹੁੰਦਾ ਆ ਉਹਨੂੰ ਮਤਲਬ ਇਹ ਉਹਨੂੰ ਬੁਰਾ ਲੱਗਦਾ ਹੈ ਕਿ ਕੋਈ ਉਹਦੇ ਘਰ ਦੇ ਵਿੱਚ ਤਾਕ ਝਾਂਕ ਕਰੇ, ਇੱਧਰ ਦੇਖ ਉੱਧਰ ਦੇਖ, ਆ ਕੌਣ ਲੰਘ ਗਿਆ, ਕੌਣ ਆ ਗਿਆ, ਕੌਣ ਚਲਾ ਗਿਆ। ਇਸ ਗੱਲ ਦੇ ਉੱਤੇ ਕਿਸੇ ਦੇ ਘਰ 'ਚ ਬਹਿ ਕੇ ਧਿਆਨ
ਨਹੀਂ ਦੇਣਾ। ਅਗਲੀ ਗੱਲ ਇਹ ਹੈ ਕਿ ਜਿਲੇ ਕਿਸੇ ਦੇ ਤੁਸੀਂ ਘਰ ਚਲੇ ਗਏ ਆ, ਉਸ ਤੋਂ ਬਾਅਦ ਉਹਦੀਆਂ ਚੀਜ਼ਾਂ 'ਚ ਉੱਥੇ ਨੁਕਸ ਨਹੀਂ ਕੱਢਣੇ, ਚੀਜ਼ਾਂ ਨੂੰ ਐਪਰੀਸ਼ੀਏਟ ਕਰਨਾ ਹੈ। ਇਹ ਨਹੀਂ ਕਰਨਾ ਕਿ ਆਹ ਪਰਦਾ ਇੱਥੇ ਨਹੀਂ ਚੰਗਾ ਲੱਗ ਰਿਹਾ, ਇਹ ਮਾਰਬਲ ਤੁਸੀਂ ਸਸਤਾ ਨਹੀਂ ਲਵਾ ਲਿਆ, ਗੱਲ ਸਮਝ ਆਈ ਨਾ, ਇਹ ਕਿਹੜੀ ਲੱਕੜੀ ਲੱਗੀ ਭਲਾ, ਨਹੀਂ ਬਿਲਕੁਲ ਨਹੀਂ। ਅਗਰ ਮੇਜ਼ਬਾਨ ਤੁਹਾਨੂੰ ਖੁਸ਼ ਹੋ ਕੇ ਆਪਣਾ ਘਰ ਵਿਜ਼ਿਟ ਕਰਵਾਉਣਾ ਚਾਹੇ, ਫਿਰ ਜਿਹੜੀ ਜਿਹੜੀ ਚੀਜ਼ 'ਤੇ ਤੁਹਾਡੀ ਨਜ਼ਰ ਪਵੇ ਉਸੇ ਚੀਜ਼ ਦੀ ਜਿਹੜੀ ਹੈ ਉਹ ਉੱਥੇ ਤਾਰੀਫ ਕਰੋ, ਸਮਝ ਆ ਗਈ। ਉਸ ਤੋਂ ਬਾਅਦ ਆ ਗਿਆ ਖਾਣੇ ਦਾ ਮਾਮਲਾ, ਜਿਲੇ ਖਾਣਾ ਤੁਹਾਡੇ ਅੱਗੇ ਆ ਗਿਆ, ਉਸ ਤੋਂ ਬਾਅਦ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਚੀਜ਼ ਨਹੀਂ ਮੰਗਣੀ, ਉਹ ਖਾ ਇੱਕ ਅਚਾਰ ਹੀ ਕਿਉਂ ਨਾ ਹੋਵੇ, ਗੱਲ ਸਮਝ ਆ ਗਈ ਨਾ। ਬਹੁਤ ਸਾਰੇ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਕਿ ਜਿਲੇ ਖਾਣਾ ਸਾਹਮਣੇ ਆ ਗਿਆ ਨਾ, ਉਸ ਟਾਈਮ ਕਹਿਣ ਲੱਗ ਪਏ ਨਾਨ ਨਹੀਂ ਮੰਗਾਏ, ਸਾਦਾ ਰੋਟੀ ਨਹੀਂ ਮੰਗਾਈ, ਅਦਰ ਚਟਨੀ ਤਾਂ ਦੇਖਿਓ ਕਿੱਥੇ ਪਈ ਹੈ। ਅਗਲੇ ਨੇ ਦਿਲ ਕਰੇ ਚਟਨੀ ਬਣਾਈ ਨਾ ਹੋਵੇ, ਅਗਲੇ ਨੇ ਦਿਲ ਕਰੇ ਅਚਾਰ ਉਹਦੇ ਉਸ ਟਾਈਮ ਘਰ ਮਯਸਰ ਨਾ ਹੋਵੇ। ਜਿਲੇ ਤੁਸੀਂ ਮੰਗੋਗੇ ਉਹਨੂੰ, ਉਹ ਕਹੇਗਾ ਨਹੀਂ ਅਚਾਰ ਯਾਰ ਘਰ ਨਹੀਂ ਹੈਗਾ, ਇਹਦਾ ਮਤਲਬ ਉਹਨੂੰ ਸ਼ਰਮਿੰਦਗੀ ਹੋਏਗੀ, ਅਤੇ ਤੁਸੀਂ ਘਰੋਂ ਕਿਸੇ ਬੰਦੇ ਨੂੰ ਸ਼ਰਮਿੰਦਾ ਕਰਨ ਗਏ ਹੋ, ਬਿਲਕੁਲ ਵੀ ਨਹੀਂ, ਠੀਕ ਹੈ। ਉਸ ਤੋਂ ਬਾਅਦ ਉਸ ਘਰ 'ਚ ਖਾਣਾ ਖਾਂਦੇ ਹੋਏ ਤੁਹਾਡੇ ਬਰਤਨ ਦੇ ਵਿੱਚੋਂ ਚਮਚ ਦੀ ਆਵਾਜ਼ ਨਹੀਂ ਆਉਣੀ ਚਾਹੀਦੀ, ਜਿਸ ਤਰ੍ਹਾਂ ਬਹੁਤ ਸਾਰੇ ਲੋਕ ਖਾਣਾ ਖਾ ਰਹੇ ਹੁੰਦੇ ਆ ਅਤੇ ਰੌਲੀ ਉਹਨਾਂ ਦੇ ਚਮਚੇ ਦੀ ਪੂਰੇ ਘਰ 'ਚ ਆ ਰਹੀ ਹੁੰਦੀ ਹੈ ਕਿ ਕੋਈ ਬੰਦਾ ਚੌਲ ਖਾ ਰਿਹਾ ਬਈ। ਉਸ ਤੋਂ ਬਾਅਦ ਖਾਣੇ ਤੋਂ ਬਾਅਦ ਚਾਏ ਆਉਣੀ ਹੈ, ਚਾਏ ਦਾ ਕੱਪ ਲੈ ਕੇ ਜਿਹੜੇ ਲੋਕ ਸੁੜਕਾ ਮਾਰਦੇ ਆ ਵੱਡਾ ਵੱਡਾ, ਉੱਥੋਂ ਲੋਕ ਅੰਦਾਜ਼ਾ ਲਾਉਂਦੇ ਆ ਕਿ ਯਾਰ ਇਹਨਾਂ ਦੇ ਵੱਡੇ ਜਿਹੜੇ ਨੇ ਨਾ ਉਹ ਕਾਬਲ ਲੋਕ ਨਹੀਂ ਸੀਗੇ, ਉਹਨਾਂ ਨੇ ਇਹਨਾਂ ਨੂੰ ਸਮਝਾਇਆ ਹੀ ਨਹੀਂ ਬੱਚਿਆਂ ਨੂੰ, ਸਮਝ ਆ ਗਈ ਨਾ। ਉਸ ਤੋਂ ਬਾਅਦ ਸੁੜਕਾ ਨਹੀਂ ਮਾਰਨਾ, ਠੀਕ ਹੈ। ਅੱਛਾ, ਆਉਣ ਲੱਗਿਆਂ ਬੜੇ ਅਹਿਸਨ ਤਰੀਕੇ ਨਾਲ ਖਾਣੇ ਦੀ ਤਾਰੀਫ ਕਰਨੀ ਹੈ, ਖਾਣੇ ਦੀ ਤਾਰੀਫ ਕਰਕੇ ਅਤੇ ਫਿਰ ਜਿਹੜਾ ਆ ਉਹ ਆਉਣਾ ਆ ਘਰੋਂ ਨਿਕਲਣ ਲੱਗਿਆ, ਠੀਕ ਹੈ। ਘਰੋਂ ਨਿਕਲਣ ਲੱਗਿਆਂ ਉਹਨਾਂ ਨੂੰ ਮਤਲਬ ਕਿ ਕਹਿਣਾ ਆ ਕਿ ਬਈ ਮੈਨੂੰ ਤੁਹਾਡੇ ਘਰ ਦਾ ਖਾਣਾ ਬਹੁਤ ਅੱਛਾ ਲੱਗਾ, ਤੁਸੀਂ ਬਹੁਤ ਅੱਛੇ ਲੋਕ ਹੋ, ਤਾਰੀਫੀ ਕਲਿਮਾਤ ਬੋਲ ਕੇ ਫਿਰ ਉਸ ਘਰੋਂ ਨਿਕਲਣਾ, ਠੀਕ ਹੈ ਨਾ। ਇਹ ਹੁਣ ਜਿੰਨੀਆਂ ਮੈਂ ਗੱਲਾਂ ਸਮਝਾਈਆਂ ਇਹ ਸਾਰੀ ਜ਼ਿੰਦਗੀ ਵਾਸਤੇ ਜ਼ਿਹਨ 'ਚ ਰਹਿਣੀਆਂ ਚਾਹੀਦੀਆਂ। ਉਹਦੀ ਵਜ੍ਹਾ ਹੈ ਕਿ ਤੇਰਾ ਮਾਮਲਾ ਕਿਤੇ ਅੱਛਾ ਹੋਏਗਾ ਨਾ, ਇਹਦੇ 'ਚ ਮੇਰੀ ਇੱਜ਼ਤ ਆ। ਫਿਰ ਉਹ ਜਿਲੇ ਕੋਈ ਬੱਚਾ ਜਾ ਕੇ ਮਾੜਾ ਕਰਦਾ ਹੁੰਦਾ ਹੈ ਅਤੇ ਉਹਦਾ ਖਾਨਦਾਨ ਅਤੇ ਉਹਦੇ ਮਾਂ ਬਾਪ ਪੁਣੇ ਜਾਂਦੇ ਹੁੰਦੇ ਆ, ਜਿਲੇ ਕੋਈ ਬੱਚਾ ਕਿਤੇ ਜਾ ਕੇ ਬਹੁਤ ਅੱਛੇ ਤਰੀਕੇ ਨਾਲ ਆਪਣੇ ਸਾਰੇ ਮਾਮਲਾਤ ਕਰਦਾ, ਫਿਰ ਲੋਕ ਉੱਥੇ ਕਹਿ ਰਹੇ ਹੁੰਦੇ ਆ ਕਿ ਯਾਰ ਕਿਸੇ ਅੱਛੇ ਮਾਂ ਬਾਪ ਦਾ ਬੱਚਾ ਹੈ, ਕੋਈ ਖਾਨਦਾਨੀ ਬੱਚਾ ਹੈ, ਸਮਝ ਆ ਗਈ ਨਾ। ਬਹੁਤ ਅਹਿਸਨ ਤਰੀਕੇ ਨਾਲ ਹਰ ਚੀਜ਼ ਨੂੰ ਕਿਸੇ ਦੇ ਘਰ ਜਾ ਕੇ ਫੂੰਕ ਫੂੰਕ ਕੇ ਕਦਮ ਰੱਖੀਦਾ ਹੁੰਦਾ, ਕੋਈ ਇਸ ਕਿਸਮ ਦੀ ਗਲਤੀ ਨਹੀਂ ਕਰਨੀ ਜਿਹਦੇ ਨਾਲ ਮੇਜ਼ਬਾਨ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਹੋਵੇ, ਠੀਕ ਹੈ। ਉੱਥੋਂ ਗੱਡੀ ਲੈ ਲਾ ਚਾਬੀ ਪਸਾਉਣ ਦੀ, ਧਿਆਨ ਨਾਲ ਜਾਣਾ,